वाहेगुरु जी का खालसा, वाहेगुरु जी की फतेह। तुसी देख रहे हो YouTube चैनल द म्यूजिक फैक्ट्री, जिस उत्ते अज असी लेके आए हैं तुहाडे सारयां लई तख्त श्री हजूर साहिब की नौ दिन की यात्रा का यह तीसरा एपीसोड। इस एपीसोड दे विच असी तुहानू लैके चलांगे गुरद्वारा नानक झीरा साहिब, शहर विदर, स्टेट करनाटक, जिथे जांदे आ रस्ते विच होर गुरद्वारियां दे भी दर्शन करांगे, जिस दे लई साडी संगत तैयार वर तैयार होके गड्डी दे विच बैठ गई आ। इस तो पहला कि आप चाले पाईए, चैनल नू सबसक्राइब जरूर करो ते बैल आइकॉन का बटन जरूर दबियो, जिस दे नाल साडियां आउण वालियां वीडियोज़ नू तुहाडे तक पहुँचाउण दे विच सानू आसानी हो सके। आओ फिर लाइए जकारे ते लईए सोहणी यात्रा दी। चल कट भी टिकटा, देखो साडा कंडक्टर छोटा जिहा टिकटा कट रहा, गुरफतेह सिंह कट हो गई टिकटा। कंडक्टर साहब बकाया भी मोड़ दो जिन्हां दा रहिंदा। कंडक्टर साहब तुके जिथे जाना उथे रोकूंगा मैं, तुके जिथे जाना उथे रोकूंगा, दसो किथे जाना। आ गए कंडक्टर साहब, कट हो गई सारे दी टिकटा, कोई रहता नहीं गया। चल चलो जी, आ साडा कंडक्टर आ, देख लो टिकटा इन्हें सारे दी कट दित्तियां ते हुण सारे नूं यात्रा करा देनी है। शहर बिदर तो चल के गुरद्वारा नानक झीरा तक का कुल सफर लगभग 180 किलोमीटर का है, जिहड़ा के संगतां लई लगातार संभव नहीं सी। सो असी भी उत्थे रुक गए जिथे संगतां दी सहूलत दे लई साहिबजादियां दी याद दे विच इक बहुत ही सोहना गुरद्वारा बनिया होया। उस गुरद्वारे की है आओ तुहानू दसदे आं सारा। ਵਾਹਿਗੁਰੂ ਜੀ। ਅਗਲਾ ਸਟੋਪ ਆਪਣਾ ਸਾਹਿਬਜ਼ਾਦਿਆਂ ਦਾ ਗੁਰਦੁਆਰਾ ਆ ਜੀ, ਪਿੱਛੇ ਤੁਸੀਂ ਦੇਖ ਰਹੇ ਹੋ ਅਤੇ ਉਹ ਪਿੱਛੇ ਜਹਾਜ਼ ਬਣਿਆ ਹੋਇਆ ਬੱਚਿਆਂ ਦੇ ਬੈਠਣ ਲਈ। ਲੋਕ ਜ਼ਿਆਦਾਤਰ ਇਸ ਨੂੰ ਜਹਾਜ਼ ਵਾਲਾ ਗੁਰਦੁਆਰਾ ਵੀ ਕਹਿ ਦਿੰਦੇ ਆ, ਸਪੈਸ਼ਲੀ ਬੱਚੇ ਖਾਸ ਕਰਕੇ। ਅਤੇ ਨਾਨਕ ਝੀਰਾ ਤੱਕ ਕਾਫੀ ਜ਼ਿਆਦਾ ਸਫ਼ਰ ਲੰਬਾ ਹੋਣ ਕਰਕੇ ਇਹ ਗੁਰਦੁਆਰਾ ਰੈਸਟ ਲਈ, ਆਰਾਮ ਲਈ ਜਾਂ ਲੰਗਰ ਛਕਣ ਲਈ ਬਣਾਇਆ ਹੋਇਆ ਆ। ਅਤੇ ਔਰਤਾਂ ਨੂੰ ਦਿਖਾਉਂਦੇ ਹਾਂ, ਵੈਸੇ ਹੈ ਬਹੁਤ ਸੋਹਣਾ ਹੈ, ਸਾਰਾ ਸਿਸਟਮ ਵੀ ਵਧੀਆ, ਅਰੇਂਜਮੈਂਟ ਵੀ ਵਧੀਆ ਅਤੇ ਗੁਰਦੁਆਰਾ ਵੀ ਵਧੀਆ। बेशक ये गुरद्वारा इतिहासक नहीं सी, पर संगतां दी सहूलत दे लई इन्ने सोहणे इंतजाम देख के मन खुश हो गया। बच्चियां ने भी खूब इंजॉय कीता ते हुण असी सारे पंगत दे विच गुरु दा लंगर छकण लई बैठ गए। ये तो आप जानते हैं कि लंगर की कभी भी किसी चीज़ नाल तुलना नहीं की जा सकती, पर उन्हां दी शरदा भावना देख के सच्ची मन बागो बाग हो गया ते हुण असी अगले सफर लई चाले पा दिते।
ਸਾਡਾ ਸਫ਼ਰ ਬਹੁਤ ਹੀ ਸੋਹਣਾ ਜਾ ਰਿਹਾ ਸੀ। ਰਸਤੇ ਵਿੱਚ ਕਿਤੇ ਛਾਂ ਸੀ, ਕਿਤੇ ਧੁੱਪ ਸੀ ਅਤੇ ਆਲੇ ਦੁਆਲੇ ਸੋਹਣੇ ਸੋਹਣੇ ਰੁੱਖ ਸੀ। ਸਭ ਦੇ ਦਿਲਾਂ ਵਿੱਚ ਗੁਰੂ ਘਰਾਂ ਦੀ ਬੜੀ ਲਾਲਸਾ ਸੀ, ਇਸ ਲਈ ਦਿਲਾਂ ਵਿੱਚ ਚਾਹ ਸੀ ਅਤੇ ਖਿੜੇ ਹੋਏ ਮੁੱਖ ਸੀ। ਕਰਨਾਟਕ ਦੇ ਬਿਦਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਜਨਵਾੜਾ ਦੇ ਵਿੱਚ ਬਣਿਆ ਮਾਤਾ ਭਾਗ ਕੌਰ ਜੀ ਦਾ ਇਹ ਸੋਹਣਾ ਗੁਰਦੁਆਰਾ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਕਿਲਿਆਂ ਨੂੰ ਵੀ ਮਾਤ ਪਾਈ ਜਾ ਰਿਹਾ ਸੀ। ਆਪਾਂ ਸਾਰੇ ਜਾਣਦੇ ਹਾਂ ਕਿ ਭਾਵੇਂ ਕਿੱਡੇ ਵੱਡੇ ਵੀ ਮਹਿਲ ਬਿਲਡਿੰਗਾਂ ਹੋਣ, ਉਹ ਗੁਰੂ ਘਰ ਦੀ ਸਰਦਨ ਤੋਂ ਵੀ ਛੋਟੇ ਹੁੰਦੇ ਨੇ। ਸੋ ਦੇਖ ਕੇ ਗੁਰੂ ਘਰ ਦੀ ਇਹ ਇਮਾਰਤ ਸਾਰਿਆਂ ਦਾ ਮਨ ਬਾਗੋ ਬਾਗ ਹੋ ਗਿਆ ਅਤੇ ਅਸੀਂ ਉੱਥੇ ਜਾ ਕੇ ਨਮਸਤਕ ਹੋਏ, ਮੱਥਾ ਟੇਕਿਆ, ਕੀਰਤਨ ਸੁਣਿਆ ਅਤੇ ਉੱਥੋਂ ਦਾ ਇਤਿਹਾਸ ਵੀ ਜਾਣਿਆ। ਹਾਂਜੀ, ਤੁਸੀਂ ਪਿੱਛੇ ਜੋ ਸਾਰਾ ਦੇਖ ਰਹੇ ਹੋ ਇਹ ਕੋਈ ਕਿਲ੍ਹਾ ਨਹੀਂ ਹੈ, ਇੱਕ ਬਹੁਤ ਹੀ ਵਧੀਆ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ। ਇਹ ਜੀ ਨਾਨਕ ਝੀਰੇ ਅਸੀਂ ਜਾ ਰਹੇ ਸੀ ਅਤੇ ਉਸ ਤੋਂ ਪਹਿਲਾਂ ਗੁਰਦੁਆਰਾ ਆਉਂਦਾ ਆ ਮਾਤਾ ਭਾਗ ਕੌਰ, ਜਿਹਨੂੰ ਆਪਾਂ ਸਤਿਕਾਰ ਦੇ ਨਾਲ ਮਾਤਾ ਭਾਗ ਕੌਰ ਮਾਈ ਭਾਗੋ ਕਹਿ ਕੇ ਵੀ ਆਪਾਂ ਸਤਿਕਾਰ ਦਿੰਦੇ ਹਾਂ। ਅਤੇ ਇਹ ਗੁਰਦੁਆਰਾ ਉਹਨਾਂ ਦਾ ਆ, ਬਹੁਤ ਅੱਛੀ ਬਿਲਡਿੰਗ ਬਣਾਈ ਹੋਈ ਹੈ। ਮੈਂ ਹੁਣੇ ਹੁਣੇ ਇਤਿਹਾਸ ਸੁਣ ਕੇ ਆਇਆ ਇਸ ਗੁਰਦੁਆਰੇ ਦਾ, ਦਰਬਾਰ ਸਾਹਿਬ ਦੇ ਅੰਦਰ ਜਾ ਕੇ, ਅਤੇ ਮੈਂ ਤੁਹਾਡੇ ਨਾਲ ਵੀ ਜ਼ਰੂਰ ਸਾਂਝਾ ਕਰੂੰਗਾ। ਪਹਿਲਾਂ ਤੁਹਾਨੂੰ ਇਹ ਗੁਰਦੁਆਰੇ ਦੀ ਬਿਲਡਿੰਗ ਦਿਖਾਉਂਦਾ। ਦੇਖੋ ਕਿੰਨਾ ਆਲੀਸ਼ਾਨ, ਕਿੰਨਾ ਪਿਆਰਾ ਗੁਰਦੁਆਰਾ। ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਪੂਨੇ ਦੇ ਨੇੜੇ 17 ਕਿਲੇ ਵਿੱਚ ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਨੰਦੇੜ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਬਿਰਤਾਂਤ ਸੰਗਤਾਂ ਨੂੰ ਸੁਣਾਓ, ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਸਤਿਗੁਰੂ ਹਾਜ਼ਰ ਨਾਜ਼ਰ ਹੈ। ਨੰਦੇੜ ਪੁੱਜਣ ਪਿੱਛੋਂ ਰੁਸਤਮ ਰਾਓ ਅਤੇ ਬਾਲਾ ਰਾਓ ਦੀ ਬੇਨਤੀ ਪ੍ਰਵਾਨ ਕਰਦਿਆਂ ਸਿੱਖ ਪ੍ਰਚਾਰ ਹਿੱਤ ਪਿੱਛੋਂ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ। ਮਾਤਾ ਜੀ ਬਿੱਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਪਿੱਛੋਂ ਮਾਈ ਭਾਗੋ ਜੀ ਜਨਵਾੜੇ ਦੀ ਗੜ੍ਹੀ ਰੁਸਤਮ ਰਾਓ ਬਾਲਾ ਰਾਓ ਦੇ ਗ੍ਰਹਿ ਵਿਖੇ ਗੁਰਪੁਰੀ ਸੁਧਾਰ ਗਏ। ਮਾਈ ਭਾਗੋ ਜੀ ਦੀ ਯਾਦ ਵਿੱਚ ਪਿੰਡ ਜਨਵਾੜਾ ਵਿੱਚ ਬਣਿਆ ਇਹ ਗੁਰਦੁਆਰਾ ਹੈ। ਇਹ ਅਸਥਾਨ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਨਾਨਕ ਝੀਰਾ ਤੋਂ 14 ਕਿਲੋਮੀਟਰ ਦੀ ਵਿੱਥ 'ਤੇ ਹੈ। ਹੁਣ ਅਸੀਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਲਈ ਰਵਾਨਾ ਹੋਣਾ ਸੀ, ਪਰ ਉਸ ਤੋਂ ਪਹਿਲਾਂ ਅਜੇ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਸੀ। ਅਤੇ ਇਹ ਗੁਰਦੁਆਰਾ ਸੀ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਸਾਹਿਬ ਸਿੰਘ ਜੀ ਦੇ ਜਨਮ ਸਥਾਨ ਨਾਲ ਸੰਬੰਧਿਤ। ਆਓ ਦਰਸ਼ਨ ਕਰੀਏ ਅਤੇ ਫਿਰ ਅਗਲੀ ਮੰਜ਼ਿਲ ਵੱਲ ਵਧੀਏ। ਹੱਥ ਉਹਦੇ ਇੱਕੋ ਓਂਕਾਰ ਵਰਗੇ, ਪੈਰ ਸੱਚ ਖੰਡ ਦੇ ਦੁਆਰ ਵਰਗੇ, ਰਾਖਾ ਪੂਰੇ ਬ੍ਰਹਿਮੰਡ ਦਾ ਅਤੇ ਪਿਆਸਿਆਂ ਨੂੰ ਨੀਰ ਵਰਗਾ, ਦੁਨੀਆ 'ਤੇ ਪੀਰ ਕੋਈ ਨਾ ਬਾਬੇ ਨਾਨਕ ਜਾਏ ਪੀਰ ਵਰਗਾ। ਅਤੇ ਹੁਣ ਅਸੀਂ ਉਸ ਸੋਹਣੇ ਹਰੇ ਭਰੇ ਅਤੇ ਭਾਗਾਂ ਭਰੇ ਸ਼ਹਿਰ ਦੇ ਵਿੱਚ ਦਾਖਲ ਹੋ ਗਏ ਸੀ ਜਿੱਥੇ ਗੁਰੂ ਸਾਹਿਬ ਦਾ ਉਹ ਸੋਹਣਾ ਗੁਰਦੁਆਰਾ ਨਾਨਕ ਝੀਰਾ ਸਾਹਿਬ ਸੀ। ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊੜੀ ਲੰਘਦਿਆਂ ਹੀ ਮਨ ਵਿੱਚ ਉਹ ਪਵਿੱਤਰ ਸ਼ਬਦ ਆ ਗਏ ਕਿ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਹਰੇ ਭਰੇ ਦਰਖਤਾਂ ਦੇ ਵਿੱਚ ਘਿਰਿਆ ਹੋਇਆ ਇਹ ਸੋਹਣਾ ਗੁਰਦੁਆਰਾ ਮਨ ਨੂੰ ਇੱਕ ਵੱਖਰਾ ਹੀ ਅਹਿਸਾਸ ਕਰਵਾ ਰਿਹਾ ਸੀ। ਪਹੁੰਚ ਗਏ ਹਾਂ ਆਪਾਂ ਗੁਰਦੁਆਰਾ ਸਾਹਿਬ ਨਾਨਕ ਝੀਰਾ ਜੀ, ਬਿਦਰ ਕਰਨਾਟਕ ਦੇ ਵਿੱਚ। ਅਤੇ ਸਾਰੇ ਬਹੁਤ ਉਤਸ਼ਾਹਿਤ ਸੀਗੇ ਗੁਰਦੁਆਰਾ ਸਾਹਿਬ ਦੇਖਣ ਲਈ, ਅਤੇ ਮੈਂ ਵੀ ਬਹੁਤ ਕਾਹਲਾ ਹਾਂ ਦਰਸ਼ਨ ਕਰਨ ਲਈ। ਆਪਾਂ ਸਾਰੇ ਦਰਸ਼ਨ ਕਰਦੇ, ਨਾਲ ਤੁਹਾਨੂੰ ਵੀ ਕਰਵਾਵਾਂਗੇ। ਬਹੁਤ ਸੋਹਣਾ ਗੁਰਦੁਆਰਾ ਹੈ ਅਤੇ ਲੇਕਿਨ ਸਫ਼ਰ ਕਾਫੀ ਲੰਬਾ ਆ ਉਹਦਾ, ਸੰਗਤ ਸਾਡੀ ਕਾਫੀ ਥੱਕ ਗਈ ਆ। ਚਲੋ ਖੈਰ ਕੋਈ ਗੱਲ ਨਹੀਂ, ਦਰਸ਼ਨ ਵਧੀਆ ਹੋ ਜਾਣ ਜੀ, ਥਕਾਵਟ ਆਪੇ ਦੂਰ ਹੋ ਜਾਣੀ। ਠੀਕ ਹੈ ਜੀ, ਬਾਕੀ ਨੇੜੇ ਜਾ ਕੇ ਦਰਸ਼ਨ ਕਰਵਾਉਂਦੇ ਤੁਹਾਨੂੰ। ਕੁਝ ਸੰਗਤਾਂ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀਆਂ ਸੀ,
ਤੇ ਕੁਛ ਗੁਰਦੁਆਰਾ ਸਾਹਿਬ ਵਿਖੇ ਨਮਸਤਕ ਹੋ ਰਹੀਆਂ ਸੀ ਤੇ ਅਸੀਂ ਫਿਰ ਭਲਾ ਕਿਵੇਂ ਰਹਿ ਸਕਦੇ ਸੀ। ਅਸੀਂ ਵੀ ਸੋਚਿਆ ਪਹਿਲਾਂ ਇਸ਼ਨਾਨ ਕਰੀਏ ਤੇ ਫਿਰ ਗੁਰੂ ਚਰਨਾਂ ਦੇ ਵਿੱਚ ਜਾ ਕੇ ਮੱਥਾ ਟੇਕੀਏ। ਤੁਸੀਂ ਕਿੱਥੋਂ ਆਏ ਆ ਜੀ? ਮਾਨਸਾ ਜ਼ਿਲ੍ਹਾ। ਮਾਨਸਾ ਜ਼ਿਲ੍ਹੇ ਤੋਂ? ਅੱਛਾ ਅੱਛਾ। ਹਾਂਜੀ ਹਾਂਜੀ। ਕਦੋਂ ਆਏ ਸੀਗੇ ਤੁਸੀਂ? ਅੱਜ ਆਏ? ਨਹੀਂ, ਹਜ਼ੂਰ ਸਾਹਿਬ ਕਦੋਂ ਆਏ ਸੀ? ਵੀਰਵਾਰ। ਓਕੇ ਓਕੇ, ਠੀਕ ਹੈ। ਅਸੀਂ ਬੁੱਧਵਾਰ ਆਏ ਸੀਗੇ। ਅਸੀਂ ਵੀ ਸੋਰੀ ਵੀਰਵਾਰ ਹੀ ਆਏ ਹਾਂ। ਬੁੱਧਵਾਰ ਚੱਲੇ ਸੀਗੇ ਅਤੇ ਵੀਰਵਾਰ। ਹਾਂ, ਫਿਰ ਅਸੀਂ ਉਸੇ ਗੱਡੀ 'ਚ ਆਏ ਹਾਂ ਜਿਹਦੇ ਵਿੱਚ ਤੁਸੀਂ ਆਏ। ਸਾਡਾ ਜੀ ਜਲੰਧਰ, ਫਗਵਾੜਾ ਜਲੰਧਰ। ਚਲੋ ਵਧੀਆ ਵਧੀਆ ਦਰਸ਼ਨ ਕਰੋ ਜੀ। ਹੁਣ ਇਸ਼ਨਾਨ ਵੀ ਕਰ ਲਿਆ ਸੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਨਮਸਤਕ ਵੀ ਹੋ ਗਏ ਸੀ ਅਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜਿਆ ਹੋਇਆ ਕਾਫੀ ਇਤਿਹਾਸ ਦੇਖਿਆ। ਆਓ ਤੁਹਾਨੂੰ ਦਿਖਾਈਏ ਹੁਣ ਗੁਰਦੁਆਰਾ ਸਾਹਿਬ ਦੀ ਉਹ ਪਵਿੱਤਰ ਥਾਂ ਜਦੋਂ ਗੁਰੂ ਸਾਹਿਬ ਜੀ ਪੰਜਾਬ ਤੋਂ ਚੱਲ ਕੇ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਹੁੰਦੇ ਹੋਏ ਇਸ ਸ਼ਹਿਰ ਬਿਦਰ ਵਿੱਚ ਆਏ। ਬਿਦਰ ਦੇ ਲੋਕ ਦਰਸ਼ਨ ਵਾਸਤੇ ਆਏ, ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਸੰਸਾਰੀ ਜੀਵਾਂ ਦਾ ਉਧਾਰ ਕਰ ਰਹੇ ਹੋ, ਸਾਡੇ ਉੱਤੇ ਵੀ ਕਿਰਪਾ ਕਰੋ। ਇਸ ਧਰਤੀ ਵਿੱਚ ਪਾਣੀ ਨਹੀਂ ਹੈ, ਜੋ ਹੈ ਉਹ ਖਾਰਾ ਹੈ, ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ। ਸਤਿਗੁਰੂ ਜੀ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦਿਆਂ ਸਤ ਕਰਤਾਰ ਦਾ ਉਚਾਰਨ ਕੀਤਾ ਅਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਛੁਹਾਇਆ, ਪਾਣੀ ਚੱਲ ਪਿਆ। ਇਸੇ ਤਰ੍ਹਾਂ 1512 ਤੋਂ ਲੈ ਕੇ ਹੁਣ ਤੱਕ ਇਹ ਮਿੱਠਾ ਚਸ਼ਮਾ ਲਗਾਤਾਰ ਚੱਲ ਰਿਹਾ ਹੈ। ਇੱਥੋਂ ਦੇ ਲੋਕਾਂ ਮੁਤਾਬਕ ਦੱਸਿਆ ਜਾਂਦਾ ਹੈ ਕਿ ਸਾਰਾ ਸ਼ਹਿਰ ਇੱਥੋਂ ਪਾਣੀ ਲੈ ਕੇ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਬੀਜ ਬੀਜਿਆ। 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦਾ ਨਿਰਮਾਣ ਕੀਤਾ ਤਾਂ ਪੰਜਵਾਂ ਪਿਆਰਾ ਭਾਈ ਸਾਹਿਬ ਜੀ ਵੀ ਇਸੇ ਧਰਤੀ ਤੋਂ ਜਾ ਕੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦਾ ਆਪਾਂ ਗੁਰਦੁਆਰਾ ਸਾਹਿਬ ਇਸ ਤੋਂ ਪਹਿਲਾਂ ਦੇਖ ਕੇ ਆਏ ਹਾਂ। ਪੰਥ ਦੀ ਜਰਨੈਲ ਮਾਤਾ ਭਾਗ ਕੌਰ ਜੀ, ਜੋ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਾਬ ਤੋਂ ਨੰਦੇੜ ਆਏ ਸਨ, ਪਿੰਡ ਜਨਵਾੜਾ ਜ਼ਿਲ੍ਹਾ ਬਿਦਰ ਵਿੱਚ ਉਹਨਾਂ ਦਾ ਅੰਤਮ ਅਸਥਾਨ ਗੁਰਦੁਆਰਾ ਮਾਤਾ ਭਾਗ ਕੌਰ ਜੀ ਦੇ ਨਾਮ ਨਾਲ ਸੁਸ਼ੋਭਿਤ ਹੈ, ਜਿਸ ਦੇ ਆਪਾਂ ਰਸਤੇ ਵਿੱਚ ਦਰਸ਼ਨ ਕਰਕੇ ਆਏ ਹਾਂ। ਪੰਜਾਬ ਦੀ ਧਰਤੀ ਤੋਂ ਕਾਫੀ ਦੂਰ ਆ ਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਵਾਗੋ ਵਾਗ ਹੋ ਜਾਂਦੀਆਂ ਹਨ। ਸਾਰੇ ਬੜੇ ਖੁਸ਼ ਸੀ ਅਤੇ ਹੁਣ ਸਾਡੇ ਜਾਣ ਦਾ ਸਮਾਂ ਹੋ ਗਿਆ ਸੀ। ਗੁਰਦੁਆਰਾ ਦੀ ਸੋਹਣੀ ਹਰਿਆਲੀ ਅਤੇ ਸੋਹਣੀ ਬਿਲਡਿੰਗ ਦੇਖ ਕੇ ਇੱਥੋਂ ਜਾਣ ਨੂੰ ਜੀ ਤਾਂ ਨਹੀਂ ਸੀ ਕਰਦਾ, ਪਰ ਹੁਣ ਅਗਲੇ ਦਿਨ ਅਸੀਂ ਅਗਲੇ ਗੁਰਦੁਆਰਿਆਂ ਦੀ ਯਾਤਰਾ ਲਈ ਨਿਕਲਣਾ ਸੀ, ਸੋ ਜਾਣਾ ਜ਼ਰੂਰੀ ਸੀ। ਇਹ ਸੋਚ ਕੇ ਹੁਣ ਅਸੀਂ ਸਾਰਿਆਂ ਨੇ ਨੰਦੇੜ ਨੂੰ ਚਾਲੇ ਪਾ ਦਿੱਤੇ। ਅਗਲੇ ਦਿਨ ਦੇ ਗੁਰਦੁਆਰੇ ਅਗਲੇ ਬਲੌਗ ਵਿੱਚ ਦਿਖਾਏ ਜਾਣਗੇ। ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕੋਨ ਦਾ ਬਟਨ ਦਬਿਓ ਤਾਂ ਕਿ ਤੁਹਾਡੇ ਲਈ ਅਗਲਾ ਬਲੌਗ ਲੈ ਕੇ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।